ਹਰ ਵਾਰ ਵਾਂਗੂ ਆਪਾਂ ਹੁਣ ਚੱਲਾਂਗੇ ਆਹ ਵਾਲੀ 12 ਮਈ ਨੂੰ ਨਵਾਬ ਸਾਹਿਬ ਦਾ ਬਰਥਡੇ ਆ ਤੇ ਪਲਾਨ ਅਸੀਂ ਕੁਛ ਨੀ ਕੀਤਾ। ਖਿੱਚ ਦੋ ਅੰਕਲ ਕੀ ਬੜੀ ਅਸੀਂ ਫੋਟੋ ਸਦਾ ਝੁਲਦੇ ਰਹਿਣਗੇ ਜੀ। ਸਭ ਟੁੱਟ ਭੱਜ ਗਿਆ ਜੀ, ਜਾਮ ਲੱਗ ਗਿਆ ਜੀ। ਕਹਿੰਦੇ ਕਿਆ ਵਿਊ ਹੈ ਉੱਥੇ ਜਾ ਕੇ ਭਾਜੀ, ਤੁਹਾਨੂੰ ਬੂਟ ਚਾੜਨੇ ਹੀ ਪੈਣੇ ਆ। ਸਵਾਗਤ ਹੈ ਤੁਹਾਡਾ ਨਵੇਂ ਵਲੌਗ ਚ ਤੇ ਗੱਡੀਆਂ ਲਈਆਂ ਤੋਰ ਆਪਾਂ ਹੋਟਲੋਂ ਕਰਤਾ ਚੈੱਕ ਆਊਟ। ਗਰਮੀ ਅੱਜ ਟੂ ਮੱਚ ਹੋ ਗਈ ਆ, ਧੁੱਪ ਫੋਲੀ ਪੈ ਰਹੀ ਹੈ, ਟੀ ਸ਼ਰਟਾਂ ਪਵਾਤੀਆਂ ਮੌਸਮ ਨੇ, ਕਿੱਥੇ 2-3 ਦਿਨ ਤੋਂ ਠੰਡ ਪੈਣ ਡਈ ਫੋਲੀ, ਮੀਂਹ ਮੂੰਹ ਪੈਣ ਡਿਆ ਸੀ। ਆਪਣੇ ਨਵਾਬ ਸਾਹਿਬ ਪਿੱਛੇ ਤਿਆਰ ਹੋ ਕੇ ਆਰਾਮ ਨਾਲ ਪੰਗੇ ਲੈ ਰਹੇ ਨੇ। ਜਸਕਿਰਤ ਨੇ ਤੇ ਗੱਡੀ ਮੋੜ ਮਾੜ ਕੇ ਪਰਾਂ ਕਰ ਲਈ ਆ ਤੇ ਮਿੱਤਰੋ ਹੁਣ ਤੁਰਦੇ ਆ। ਹਰ ਵਾਰ ਵਾਂਗੂ ਆਪਾਂ ਹੁਣ ਚੱਲਾਂਗੇ ਮਨੀਕਰਨ ਸਾਹਿਬ ਮੱਥਾ। ਐਸਾ ਕਦੀ ਦਿਨ ਨਹੀਂ ਆਇਆ ਕਿ ਕਸੌਲ ਆਏ ਹੋਈਏ ਤੇ ਆਪਣੇ ਭਰਾ ਹੈਮਨ ਨੂੰ ਨਾ ਮਿਲ ਕੇ ਜਾਈਏ, ਕਿ ਨਹੀਂ ਉਸਤਾਦ ਜੀ? ਬਿਲਕੁਲ ਬਿਲਕੁਲ, ਵੱਡਾ ਵੀਰ ਆ, ਭਰਾ ਮੇਰਾ, ਮੇਰੀ ਜਾਨ ਹੈ ਜੀ। ਹੈਮਨ ਭਾਈ ਆਪਣਾ, ਹੈਮਨ ਭਾਈ ਨੇ ਅੱਤ ਕਰਾਤੀ ਆ, ਕਹਿੰਦੇ ਕੈਫੇ ਵੱਡਾ ਕਰਤਾ ਵਾ। ਵਧਾਈਆਂ ਤੇ ਵਧਾਈਆਂ ਦੇਈ ਆਉਂਦਾ ਵਾ, ਅੱਤ ਕਰਾਈ ਤੁਰਿਆ ਆਉਂਦਾ। ਸਾਰਾ ਭਰਾਵਾਂ ਦਾ ਪ੍ਰਤਾਪ ਆ, ਸਪੋਰਟ ਆ ਮੇਰੇ ਵੀਰਾਂ ਦੀ। ਇਹ ਵੀਰੇ ਗੁੱਡ ਵਾਈਬਸ ਹੋਣ ਲਈ ਇੱਥੇ ਗੁੱਡ ਵਾਈਬਾਂ ਹੀ ਮਿਲਣੀਆਂ ਤੁਹਾਨੂੰ। ਜਾਣ ਕੱਲ ਹੈਮਨ ਤੂੰ ਤੇ ਆਇਆ ਨਹੀਂ ਨਾ, ਅਸੀਂ ਇੱਥੇ ਫੋਲੀ ਇੰਜੋਏ ਮਾਰਿਆ ਜੀ। ਕੱਲ ਮੀਂਹ ਪੈਂਦਾ ਸੀ, ਕਦੇ ਇੱਥੇ ਸਵਾਦ ਆਇਆ ਜਾਣ। ਆਹ ਮੈਂ ਵਲੌਗ ਪਿਛਲਾ ਜਿਹੜੇ ਸੱਜਣਾਂ ਨੇ ਵੇਖਿਆ ਉਹਨਾਂ ਨੂੰ ਪਤਾ ਇੱਥੇ ਪੂਰਾ ਚਿੱਲ ਬਣਿਆ ਸੀ ਕਿ ਮਸ਼ਰੂਮ ਕੈਫੇ ਹੈ ਮੇਰੇ ਵੀਰੇ। ਹੁਣ ਤੇ ਆਪਣੇ ਜਿੰਨੇ ਸੱਜਣ ਸਾਰੇ, ਮੈਂ ਨਾ ਕਈ ਤੇ ਡਾਇਰੈਕਟ ਵੀ ਆਉਣ ਲੱਗ ਪਏ ਆ, ਮਨੀਕਰਨ ਸਾਹਿਬ ਜਿੰਨੀ ਸੱਜਣੋ ਆਪਾਂ ਕਸੌਲ ਆਈਦਾ, ਕਦੀ ਨੀ ਹੋਇਆ ਕਿ ਆਪਾਂ ਮਨੀਕਰਨ ਸਾਹਿਬ ਨਾ ਮੱਥਾ ਟੇਕ ਕੇ ਗਈ ਹੋਈਏ। ਤੇ ਹੁਣ ਪਹਿਲਾਂ ਆਪਾਂ ਟੇਕਾਂਗੇ ਮੱਥਾ, ਫਿਰ ਆ ਗਏ ਹੈਮਨ ਦੇ ਦੁਆਲੇ ਹੁੰਦੇ ਆ। ਬਿਲਕੁਲ, ਫਿਰ ਆਪਾਂ ਰੋਟੀਆਂ ਛਕਦੇ ਆ ਵਧੀਆ ਦੇਸੀ ਘਿਓ ਵਾਲੀਆਂ। ਹੈਮਨ ਵੀਰ ਲਵ ਯੂ ਆ, ਮਿਲਦੇ ਅਸੀਂ ਉਹ ਆਈਏ ਫਿਰ। ਨਵਾਬ ਸਾਹਿਬ ਦੂਜੀ ਵਾਰੀ ਮੱਥਾ ਟੇਕਣ ਆ ਗਏ ਇੱਥੇ, ਇੱਕ ਵਾਰੀ ਆਏ ਸੀ ਉਦੋਂ ਪ੍ਰਭ ਕਿੰਨੇ ਮੰਥ ਦਾ ਸੀ ਜਦੋਂ ਆਪਾਂ ਪਹਿਲਾਂ ਮੱਥਾ ਟੇਕਣ ਆਏ? ਹਾਂ, ਉਦੋਂ 3 ਕੁ ਮਹੀਨਿਆਂ ਦਾ ਸੀ ਜਦੋਂ ਆਪਾਂ ਪਹਿਲਾਂ ਮੱਥਾ ਟੇਕਣ ਆਏ ਸੱਜਣੋ। ਤੇ ਹੁਣ ਬਾਬੇ ਦੀ ਕਿਰਪਾ ਨਾ ਹੁਣ ਸਾਲ ਦਾ ਹੋ ਚੱਲਿਆ ਹੈ ਮੇਰੇ ਵੀਰੋ। ਕਹਿੰਦੇ ਆਹ ਵਾਲੀ 12 ਮਈ ਨੂੰ ਨਵਾਬ ਸਾਹਿਬ ਦਾ ਬਰਥਡੇ ਆ ਤੇ ਪਲਾਨ ਅਸੀਂ ਕੁਛ ਨਹੀਂ ਕੀਤਾ, ਪਰ ਕਹਿੰਦੇ ਜੋ ਵੀ ਕਰਾਂਗੇ ਬੈਸਟ ਹੀ ਕਰਾਂਗੇ। ਖਿੱਚ ਦੋ ਅੰਕਲ ਕੀ ਬੜੀ ਅਸੀਂ ਫੋਟੋ। ਜਸਕੀਰਤ ਭਈਆ ਬੜੀਆ ਫੋਟੋ ਖਿੱਚਣਾ, ਚਾਚਾ ਫੋਟੋ ਵਧੀਆ ਖਿੱਚੀ, ਵੇਖ ਲੈ ਕਰੀ ਮਾੜੀ ਤੇ ਨਹੀਂ ਖਿੱਚੀ, ਜੇ ਗਲਤ ਖਿੱਚੀ ਆਪਾਂ ਹੁਣੇ ਦੁਬਾਰਾ ਵੀਰ ਕੋ ਖਿਚਾ ਲੈਂਦੇ ਆ ਥੋੜੀ ਯਾਰੇ, ਜੇ ਕੈਮਰਾਮੈਨ ਹੈ। ਵਾਹ ਜੀ ਵਾਹ, ਤੁਹਾਡੀ ਫੋਟੋ ਵੀ ਖਿੱਚਣੀ ਕੋਈ ਨਵਾਬ ਰਾਬੜੀ ਕਿਰਪਾ ਕੇ ਨੇ ਸਭ ਧਰਮਨ ਤੇ ਹਰ ਲੈਨੇ ਕਹਿ ਕਬੀਰ ਰੰਗਨਾਤਾ ਮਿਲਿਓ ਜਗ ਜੀਵੰਦਾ ਤਾ ਤੇ ਤੋ ਰਾਮ ਨਾ ਕਰ ਸਕਤਾਰਾ ਜਗ ਜੀਵਨ ਪ੍ਰਾਨ ਰਸ ਕਬੀਰ ਜਾਨਿਆ ਮੇਰੋ ਕਾਂ ਜੀ ਆ ਜਾਈ ਮੂਏ ਬਿਨ ਜੀਵਨ ਨਾਹੀ ਅਬ ਕਿਆ ਗਿਆਨ ਵਿਚਾਰਾ ਨਿਜ ਨਿਰਗਤ ਗਤ ਬਿਵਹਾਰ ਰਹੁ ਕਰ ਵੀ ਮੇਰੇ ਵੀਰੇ। ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣੇ ਦਰਸ਼ਨ ਮਿਲੇ ਹੋ ਗਏ ਆ ਤੇ ਨਵਾਬ ਸਾਹਿਬ ਮੱਥਾ ਟੇਕ ਕੇ ਚੱਲ ਪਏ ਆ ਅਗਲੇ ਰੂਟ ਨੂੰ ਮੇਰੇ ਵੀਰੇ। ਸਦਾ ਝੁਲਦੇ ਰਹਿਣਗੇ ਕਹਿੰਦੇ ਤੀਸਰੀ ਘੰਟੇ। ਸੱਜਣੋ ਇੱਕ ਆਹ ਚੀਜ਼ ਗੁਰੂ ਘਰ ਲੱਗੀ ਦੇਖੀ ਆਪਾਂ,
ਸਿਗਰਟ ਅਲਕੋਹਲ ਤੰਬਾਕੂ ਮੈਚ ਬਾਕਸ ਇਹੋ ਜਿਹੇ ਚੀਜ਼ਾਂ ਲਈ ਫਾਈਨ ਰੱਖਿਆ 2000 ਰੁਪਇਆ। ਮੈਂ ਤਾਂ ਕਹਿੰਦਾ ਹਾਂ ਕਿ ਫਾਈਨ ਨਹੀਂ ਰੱਖਣਾ ਚਾਹੀਦਾ ਬਿੰਦੂ, ਹੈ ਨਾ, ਫਾਈਨ ਬਿਲਕੁਲ ਨਹੀਂ ਰੱਖਣਾ ਚਾਹੀਦਾ, ਸਿੱਧੇ ਛਿੱਤਰ ਵੱਜਣੇ, ਹਾਂ ਸਿੱਧੇ ਛਿੱਤਰ ਹੀ ਵੱਜਣੇ ਚਾਹੀਦੇ ਆ, ਫਾਈਨ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਭ ਨੂੰ ਪਤਾ ਜਿੱਥੇ ਗੁਰੂ ਘਰ ਆ ਉੱਥੇ ਇਹ ਕੰਮ ਨਹੀਂ। ਬਾਬਾ ਕਿਰਪਾ ਕਰੇ। ਅਤੇ ਮਿੱਤਰੋ ਆਹ ਇਤਿਹਾਸ ਹੈ ਜੀ, ਜਿਨ੍ਹਾਂ ਨੂੰ ਨਹੀਂ ਪਤਾ ਇੱਥੋਂ ਬਾਰੇ, ਇਹ ਸਾਰੇ ਜਾਣੇ ਜ਼ਰੂਰ ਵਿੱਚ ਪਾਊਸ ਕਰਕੇ ਵੀਡੀਓ ਪੜ੍ਹਨ। ਲੋਕ ਖੋਲਿਆ ਜਾਵੇ, ਚਲੋ ਜੀ ਲੱਛੇ ਮੇਲੇ ਕਰਕੇ ਹੁਣ ਆਪਾਂ ਗਏ ਹਾਂ ਤੋਰ। ਨਵਾਬ ਸਾਹਿਬ ਨੇ ਲਾਇਆ ਟਿੱਕਾ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅਤੇ ਨਵਾਬ ਸਾਹਿਬ ਕਹਿੰਦੇ ਅਸੀਂ ਖੜ ਕੇ ਜਾਣਾ, ਜਿੱਥੇ ਜਾਣਾ ਬਹਿ ਕੇ ਨਹੀਂ ਜਾਣਾ। ਤੁਹਾਨੂੰ ਪਤਾ ਫਿਰ ਮੰਤਰੀ ਸਾਹਿਬ ਦੀ ਟੌਰ ਜ਼ਿਆਦਾ ਹੈ ਨਾ, ਮੰਤਰੀ ਨਾਲੋਂ ਘੱਟ ਆ ਕਿਤੇ ਨਵਾਬ ਸਾਹਿਬ ਮੰਤਰੀ ਨਾਲੋਂ ਵੱਧ ਟੌਰ ਆ। ਲੋ ਵੀ ਮਿੱਤਰੋ ਜਸਕਿਰਤ ਪਿੱਛੇ ਪਿੱਛੇ ਖਿੱਚੀ ਤੁਰਿਆ ਹੁਣ ਜਾ। ਲੋ ਵੀ ਮਿੱਤਰੋ ਤਿਆਰੀਆਂ ਹੋ ਗਈਆਂ ਫੁੱਲ, ਅਤੇ ਕਹਿੰਦੇ ਮੁੰਡੇ ਚੱਲੇ ਵਾਪਸ, ਅਤੇ ਜਸਕਿਰਤ ਹੋਣੀ ਵੀ ਤਿਆਰ ਆ, ਪਹਿਲਾਂ ਬਹਿ ਗਿਆ ਕਹਿੰਦੇ ਵੀ ਆਉਣਾ ਨਾ ਮੇਰਾ ਭਰਾ ਕਸੌਲ ਵਾਲੀ ਮਣੀਕਰ ਸਾਹਿਬ ਵਾਲੀ ਸੜਕ ਦੇ ਉੱਤੇ ਮਸ਼ਰੂਮ ਕੈਫੇ ਤੁਹਾਨੂੰ ਦੇਖੂਗਾ, ਦੋਵਾਂ ਦਾ ਬੋਰਡ ਲੱਗਾ ਜੀ। ਲੋ ਵੀ ਸੱਜਣੋ ਟ੍ਰਿਪ ਆਪਣਾ ਨੈਕਸਟ ਸ਼ੁਰੂ ਹੋ ਚੁੱਕਾ ਹੈ। ਆਫ ਰੋਡਿੰਗ ਚੱਲ ਰਹੀ ਪੂਰੇ ਵਧੀਆ ਤਰੀਕੇ ਨਾਲ, ਸੜਕ ਕਹਿੰਦੇ ਵਾਹ ਵਾਹ ਹੀ ਟੁੱਟ ਗਈ ਹੈ ਜਿਹੜੀ ਕਸੌਲ ਵਾਲੀ ਥੱਲੇ ਜਿਹੜੀ ਮਨਾਲੀ ਨੂੰ, ਉਹ ਜਾ ਕੇ ਚੈੱਕ ਕਰਦੇ ਕਿੱਦਾਂ ਦੀ ਆ। ਆਹ ਮਿੱਤਰੋ ਰਾਹ ਬਣਿਆ ਜੀ, ਹੁਣ ਵੇਖ ਲਓ ਸਭ ਟੁੱਟ ਭੱਜ ਗਿਆ ਜੀ। ਲੋ ਵੀ ਸੱਜਣੋ ਜਾਮ ਲੱਗ ਗਿਆ ਜੀ, ਅਤੇ ਕਹਿੰਦੇ ਆ ਕਿ ਆਹ ਟਰੱਕਾਂ ਨੇ ਜਾਮ ਲਵਾਇਆ। ਆਪਾਂ ਗੱਲ ਕਰਨੀ ਡਏ ਹਾਂ, ਆਹ ਸੜਕ ਦਾ ਬਹੁਤ ਬੁਰਾ ਹਾਲ ਹੋ ਗਿਆ ਵਾ, ਜਿਹਦੇ ਕਰਕੇ ਹੁਣ ਲਾਗੋਂ ਇਕੱਠੀਆਂ ਗੱਡੀਆਂ ਲੰਘਦੀਆਂ ਹੋਣੀਆਂ। ਲਓ ਵੀ ਮਿੱਤਰੋ ਅਜੇ ਤੱਕ ਤੇ ਕਸੌਲ ਤੋਂ ਠਾਹ ਹੀ ਨਹੀਂ ਉਤਰੇ, ਮਨਾਲੀ ਤੇ ਲਿਪੇ ਤੇ ਸਾਨੂੰ ਹਨੇਰਾ ਹੀ ਹਰੀ ਜਾਂਦਿਆਂ ਨੂੰ, ਕਿੰਨੀ ਤੇਜ਼ ਹੋਣ ਡਿਆ, ਕਿਤੇ ਸਿੱਧੀ ਨਾ ਭਰਾਵਾ ਲੈ ਆਈਆਂ ਨੂੰ। ਓ ਲਓ ਵੀ ਸੱਜਣੋ ਮੈਂ ਜਸਕਿਰਤ ਨਾਲ ਵਾਅਦਾ ਕੀਤਾ ਸੀ ਕਿ ਤੇਰੇ ਜਾਂਦੇ ਨੂੰ ਸੜਕ ਬਣ ਰਹੀ ਹੋਊਗੀ, ਕਿ ਤੁਸੀਂ ਜਿਵੇਂ ਪਿਛਲੇ ਵਲੋਗ 'ਚ ਵੀ ਵੇਖਿਆ ਹੋਊਗਾ, ਤੇ ਆਹ ਵੇਖ ਲਓ ਅਤੇ ਸੜਕ ਮਿੱਤਰੋ ਬਣ ਰਹੀ ਆ। ਆਦੋ ਬਣਾ ਦਿਓ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਆ ਲੈ ਸੱਜਣ ਨੇ ਵੀ ਕਰਤਾ ਇਸ਼ਾਰਾ। ਲਓ ਵੀ ਮੇਰੇ ਵੀਰੋ ਨਵਾਬ ਸਾਹਿਬ ਦਾ ਜਿੱਧਰ ਧਿਆਨ ਸੀ ਇੱਧਰ ਨੂੰ, ਇਹਨੂੰ ਵੀ ਪਤਾ ਵਾ ਕਿ ਇੱਧਰ ਨੂੰ ਜਾਣਾ, ਹੈ ਨਾ, ਪਤਾ ਤੈਨੂੰ ਨਵਾਬ ਸਾਹਿਬ ਦੇ ਬੂਟ ਆ ਗਏ ਨੇ। ਨਵਾਬ ਤੇਰਾ ਤੇ ਸੱਜਣ ਜਾਣ ਡਿਆ ਹੋਏ, ਰੱਜਿਆ ਹੀ ਹੋਏ, ਬੋਲੀ ਨੱਪਣ ਡਿਆ ਹੀ ਗੁਰੂਆ ਜੀ ਦੇ ਲਈ, ਆਏ ਨਹੀਂ ਫਿਰ ਨਹੀਂ ਟਾਲਦਾ ਕਹਿੰਦੇ। ਇਹ ਕਾਰਟੂਨ ਤੇਰੀ ਬਹੁਤ ਵਧੀਆ ਸੀ ਨਾ। ਲੋ ਮਿੱਤਰੋ ਕਹਿੰਦੇ ਕੁੱਲੂ ਲੰਘਣ ਡਏ ਆ, ਨਵਾਬ ਸਾਹਿਬ ਪੂਰਾ ਇੰਜੋਏ ਕਰ ਰਹੇ ਨੇ। ਜੇ ਨਵਾਬ ਸਾਹਿਬ ਇੰਜੋਏ ਕਰ ਰਹੇ ਤੇ ਸਾਡਾ ਤੇ ਆਟੋਮੈਟਿਕ ਇੰਜੋਏ ਇੰਜੋਏ। ਲੋ ਵੀ ਸੱਜਣੋ ਕਹਿੰਦੇ ਆ ਕਿ ਮਨਾਲੀ ਪਹੁੰਚ ਗਏ ਆ, ਨਵਾਬ ਸਾਹਿਬ ਨੇ ਬੁੱਕਣ ਲੱਗਦੇ ਬੁੱਕਣ। A few moments later ਮਿੱਤਰੋ ਕਹਿੰਦੇ ਪਹੁੰਚ ਗਏ ਆ, ਕਿਸਕੇ ਪਾਸ ਪਹੁੰਚ ਗਏ, ਰਾਜਕੁਮਾਰ ਭਈਆ ਕੇ ਪਾਸ ਪਹੁੰਚ ਗਏ। ਔਰ ਰਾਜਕੁਮਾਰ ਭਈਆ ਠੀਕ ਹੋ? ਕਹਿੰਦੇ ਭਾਈ ਦਾ ਕੋਟੇਜ ਆ, ਫਿਰ ਸਵਾਗਤ ਹੈ ਯਹਾਂ ਪਰ, ਫਿਰ ਸਵਾਗਤ ਹੈ ਭਾਈ। ਇਹ ਕਿਤਨੀ ਵਾਰ ਆ ਗਿਆ ਮੈਂ ਯਹਾਂ ਪਰ? 6 ਵਾਰ। 6 ਵਾਰ ਆ ਗਿਆ ਹਾਂ। ਕਿਤਨਾ ਟਾਈਮ ਹੋ ਗਿਆ ਮੈਨੂੰ ਆਤੇ ਯਹਾਂ ਪਰ? ਲਗਭਗ 4 ਸਾਲ। ਅਬ ਸ਼ਾਦੀ ਹੋਇਆ ਨਹੀਂ ਥਾ ਉਸ ਟਾਈਮ। ਲੇਕਿਨ ਇਸ ਬੰਦੇ ਕਾ ਖੇੜਾ ਨਹੀਂ ਹਮਨੇ ਛੋੜਾ ਜੀ, ਆਪਣਾ ਭਾਈ ਹੈ ਬੜਾ। ਕਿੰਨੇ ਰਾਜਕੁਮਾਰ ਭਈਆ? Tomorrow। ਲੋ ਵੀ ਮਿੱਤਰੋ ਆ ਸੀ ਆਪਣਾ ਕੋਟੇਜ ਮਨਾਲੀ ਵਾਲਾ, ਤੇ ਉਹ ਪਿੰਦੂ ਭਾਰੀ ਬ੍ਰੇਕਫਾਸਟ ਕਰਦੇ ਹੋਏ, ਤੇ ਕਹਿੰਦੇ ਆ ਕਿ ਗੁੱਡ ਮਾਰਨਿੰਗ ਹੋ ਗਈ ਮੇਰੇ ਵੀਰੇ, ਗੁੱਡ ਮਾਰਨਿੰਗ। ਲੋ ਵੀ ਸੱਜਣੋ ਉਹ ਲੱਗੇ ਆ ਆਪਣੇ ਜਹਾਜ਼, ਤੇ ਆ ਆਪਣਾ ਖੜਾ ਹੈ ਬਾਈ। ਹੋਰ ਸੁਣਾ ਰਾਜਕੁਮਾਰ ਜੀ, ਠੀਕ ਹੋ? ਅਭੀ ਤੱਕ ਚੱਲ ਰਿਹਾ ਹੈ, ਅਭੀ ਤੱਕ ਚੱਲ ਰਿਹਾ ਹੈ। ਮੀਟ ਲਾਓਗੇ? ਮੀਂਹ ਪਵਾਓਗੇ? ਦਲਾਓਗੇ? ਕਹੀ ਨਾ, ਆਪ ਮੇਰੇ ਹਿੰਦੀ ਟੂਟੀ ਟੂਟੀ ਆਤੀ ਹੈ, ਸੀਰੀਅਸ ਨਹੀਂ ਲੈਣੀ। ਅੱਛਾ ਮੇਰਾ ਵੀ ਸਹੀ ਹੈ, ਚੱਲ ਠੀਕ ਹੈ। ਕਾਲੇ ਬੱਦਲ ਹੋ ਗਏ ਹੈ।